ਬਸ ਆਦਾਬ ਦੋਸਤੋ, ਕਿਆ ਹਾਲ ਚਾਲ? ਤੁਹਾਡੇ ਲਈ ਨਵੀਂ ਵੀਡੀਓ ਲੈ ਕੇ ਪਹੁੰਚ ਚੁੱਕੇ ਹਾਂ ਅਤੇ ਦੋਸਤੋ, ਇਸ ਵੇਲੇ ਕਰ ਰਹੇ ਮੋਬਾਈਲ 'ਤੇ ਸ਼ੂਟ ਅਤੇ ਤੁਹਾਨੂੰ ਬਾਅਦ 'ਚ ਥੋੜ੍ਹੀ ਆਉਂਦੀ ਹੋਊਗੀ ਦਿੱਕਤ। ਅਤੇ ਇਸ ਵੇਲੇ ਦੋਸਤੋ ਅਸੀਂ ਜੰਮੂ ਵਿੱਚ ਹਾਂ ਜੀ, ਨਵਾਂ ਟੂਰ ਕਰ ਰਹੇ ਹਾਂ ਜੋ ਨਵੀਂ ਨਵੀਂ ਸੀਰੀਜ਼ ਲੈ ਕੇ ਆ ਰਹੇ ਜੰਮੂ ਦੀਆਂ। ਅਤੇ ਇਸ ਵੇਲੇ ਦੋਸਤੋ ਅਸੀਂ ਇਸ ਵੇਲੇ ਹੈਗੇ ਜੰਮੂ ਵਿੱਚ ਬਾਹੂਬਲੀ ਪਲਾਜ਼ਾ ਦੇ ਬਿਲਕੁਲ ਕੋਲ। ਰਾਜੂ ਦੇ ਅਸੀਂ ਕੁਲਚੇ ਤੇਜ਼ ਕਰਨ ਆਏ ਨੇ ਅਤੇ ਤੇਜ਼ ਕਰਦੇ ਅਤੇ ਬਾਕੀ ਰਾਜੂ ਭਾਈ ਦੇ ਨਾਲ ਗੱਲਬਾਤ ਕਰਦੇ। ਆਓ ਫਿਰ ਚੱਲੀਏ ਇੱਧਰ। ਹਾਂਜੀ ਭਾਅ ਜੀ, ਫਿਰ ਕੀ ਹਾਲ ਚਾਲ ਆ? ਅੱਛਾ ਸਰ, ਇੱਥੇ ਕੰਮ ਕਰਦੇ ਕਿੰਨਾ ਚਿਰ ਹੋ ਗਿਆ? 19 ਸਾਲ ਹੋ ਗਏ, ਕਿਆ ਬਾਤ ਹੈ। ਐਂਡ ਬ੍ਰਦਰ ਕੰਮ ਕਰਦੇ ਜਾਂ ਕਿੱਦਾਂ, ਸ਼ੁਰੂਆਤ ਕਿੱਦਾਂ ਕੀਤੀ ਇੱਥੇ? ਭਾਈ ਸਾਹਿਬ ਉੱਥੇ ਬੜੇ ਵਾਲੇ ਭਈਆ, ਬੜੇ ਵਾਲੇ ਭਈਆ ਸਾਹਿਬ ਕੰਮ ਕਰਦੇ ਤੇ, ਔਰ ਇਸ ਉਨਸੇ ਆਪਨੇ ਸਿੱਖਿਆ ਇਹ ਕੰਮ? ਅਤੇ ਆਪਕੇ ਪਾਸ ਇੱਧਰ ਨਿਊਟਰੀ ਕੁਲਚਾ ਔਰ ਛੋਲੇ ਕੁਲਚੇ ਹੈ? ਜੀ ਸਰ। ਜੀ, ਛੋਲੇ ਹਰ ਰੋਜ਼ ਨਵੇਂ ਪ੍ਰਪੇਅਰ ਹੋਤੇ ਹੈ ਅੱਜਕੱਲ ਵਾਲੇ ਤਾਂ? ਨਹੀਂ ਨਹੀਂ, ਨਵੇਂ ਹੋਤੇ ਸਰ ਜੀ, ਬਚਤੇ ਨੇ, ਖਤਮ ਹੋ ਜਾਤੇ। ਅੱਛਾ, ਬਚਤੇ ਨਹੀਂ ਆ? ਮੈਂ ਵੋ ਤਾਂ ਮੈਂ ਪੀੜ ਸੇ ਅੰਦਾਜ਼ਾ ਲਾ ਹੀ ਰਹਾ ਹੂੰ, ਆਦੀ ਨਿਊਟਰੀ ਤਾਂ ਅਭੀ ਇੱਧਰ ਖਤਮ ਹੋ ਗਈ ਹੈ ਭਾਈ ਸਾਹਿਬ। ਜਿਨਕਾ ਨਾਮ ਰਾਜੂ ਹੈ। ਅੱਛਾ, ਵੋ ਆਪ ਆਜ ਕੱਲ ਕਹਾਂ ਹੋਤੇ ਹੈਂ? ਗਾਂਵ ਗਏ ਹੋ। ਅੱਛਾ, ਆਪ ਇਧਰ ਕਿਤਨੇ ਵਜੇ ਸੇ ਕਿਤਨੇ ਵਜੇ ਤੱਕ ਹੋਤੇ ਹੋ? ਕੋਈ ਆਤਾ ਹੋ ਸਰ ਜੀ, 11 ਵਜੇ ਸੇ ਸ਼ਾਮ ਕੋ 5 ਵਜੇ ਤੱਕ। ਅੱਛਾ ਜੀ, ਦੋਸਤੋ ਇਸ ਵੇਲੇ ਨਿਊਟਰੀ ਵਾਲਾ ਤਿਆਰ ਹੋ ਰਿਹਾ ਜੀ, ਕਿਆ ਬਾਤ ਹੈ। ਮੱਖਣ ਲੱਗ ਚੁੱਕਾ ਜੋ ਰੋਮਾ ਆ ਰਹੇ ਨੇ ਇੱਥੇ ਤੱਕ, ਲਾਜਵਾਬ ਆ ਰਿਹਾ। ਕਈ ਯਾਰ ਕੈਮਰੇ ਵਿੱਚ ਕੋਈ ਫੀਚਰ ਹੁੰਦਾ ਨਾ, ਤੁਹਾਨੂੰ ਇੱਥੋਂ ਦੀ ਰੋਮਾ ਟੇਸਟ ਕਰਾ ਸਕਦੇ। ਬਾਈ ਦਾ ਵੇ ਬਹੁਤ ਵਧੀਆ ਖੁਸ਼ਬੂ ਆ ਰਹੀ ਹੈ। ਐਂਡ ਸਰ, ਇਹ ਰੋਡ ਕਿਹੜੀ ਹੈਗੀ, ਕਿਹੜੀ ਪੈ ਜਾਂਦਾ ਇਲਾਕਾ, ਕਿਹੜਾ ਪੈ ਜਾਂਦਾ ਇਹ? ਜੀ, ਬਹੁ ਪਲਾਜ਼ਾ ਹੈ। ਬਹੁ ਪਲਾਜ਼ਾ ਦੇ ਬਿਲਕੁਲ ਸਾਹਮਣੇ? ਜੀ ਸਰ, ਸਾਊਥ ਬਲਾਕ ਕੇ ਜਸਟ ਸਾਹਮਣੇ, ਕੰਟਰੀ ਹੋਟਲ ਕੇ ਆ ਗਏ। ਐਂਡ ਸਰ, ਇਹਦਾ ਰੇਟ ਕੀ ਹੈਗਾ ਜੀ, ਇੱਕ ਕੁਲਚੇ ਦਾ ਵਿਦ ਸਟਫਿੰਗ ਕਰਕੇ? ਸਰ, ਨਿਊਟਰੀ ਵਾਲੇ ਦਾ 20 ਰੁਪਏ ਔਰ ਚਨੇ ਵਾਲੇ ਦਾ 15 ਰੁਪਏ। ਅੱਛਾ ਜੀ। ਲੋ ਜੀ ਦੋਸਤੋ, ਤੁਹਾਡੇ ਸਾਹਮਣੇ ਆ ਚੁੱਕੇ ਨਿਊਟਰੀ ਕੁਲਚੇ ਐਂਡ ਕੁਲਚੇ ਛੋਲੇ। ਐਂਡ ਡਿਫਰੈਂਸ ਜੋ ਇਹਦੇ ਵਿੱਚ ਮੈਨੂੰ ਲੱਗਾ ਕਿ ਜੋ ਇਹਨਾਂ ਨੇ ਨਾ ਕੁਲਚੇ ਹੈਗੇ ਉਹਦੇ ਵਿੱਚ ਸਟਫਿੰਗ ਕਰਕੇ ਦਿੱਤੀ ਹੈਗੀ, ਦੇਖ ਸਕਦੇ ਹੋ। ਐਂਡ ਜ਼ਿਆਦਾ ਗੱਲਾਂ ਨਾ ਕਰੀਏ, ਟੇਸਟ ਕਰਦੇ। ਅਤੇ ਸਭ ਤੋਂ ਪਹਿਲਾਂ ਜੋ ਮੇਰਾ ਫੇਵਰੇਟ ਹੈਗਾ ਜੀ ਕੁਲਚੇ ਛੋਲੇ, ਇਹਨੂੰ ਟੇਸਟ ਕਰਦੇ। ਓਹੋ ਹੋ, ਕਿਆ ਬਾਤ ਹੈ, ਖੱਟੀ ਮਿੱਠੀ ਚਟਨੀ ਦਾ ਨਜ਼ਾਰਾ ਹੀ, ਕਿਆ ਬਾਤ ਹੈ ਯਾਰ। ਆਨੰਦਮਈ ਟੇਸਟ ਹੈ ਦੋਸਤੋ, ਕਿਆ ਬਾਤ ਹੈ, ਜੋ ਚਟਪਟਾ ਟੇਸਟ ਆ। ਐਂਡ ਐਂਡ ਕੁਲਚਾ ਜਿਹੜਾ ਹੈਗਾ ਇੱਕਦਮ ਸੋਫਟ ਹੈਗਾ, ਮੈਨੂੰ ਬਹੁਤ ਵਧੀਆ ਟੇਸਟ ਲੱਗਾ ਇਹਦਾ। ਦੂਜੇ ਪਾਸੇ ਹੁਣ ਅਸੀਂ ਟੇਸਟ ਕਰਦੇ ਨਿਊਟਰੀ ਕੁਲਚਾ, ਅਤੇ ਯਾਰ ਨਿਊਟਰੀ ਹੈਗੀ ਗਰਮ, ਅਤੇ ਇਹਦਾ ਖਾਣ ਦਾ ਵੀ ਅਲੱਗ ਮਜ਼ਾ ਆਉਣਾ, ਕਿਉਂਕਿ ਇਹ ਥੋੜ੍ਹਾ ਹਲਕਾ ਠੰਡਾ ਸੀਗਾ। ਕਿਆ ਬਾਤ ਹੈ ਦੋਸਤੋ, ਜੋ ਨਿਊਟਰੀ ਹੈਗੀ ਨਾ ਇੱਕਦਮ ਸੋਫਟ ਹੈਗੀ ਹੈ। ਐਂਡ ਉੱਪਰੋਂ ਦੀ ਜਿਹੜੀ ਇਹਨਾਂ ਨੇ ਚਟਨੀ ਪਾਈ ਨਾ, ਲਾਜਵਾਬ। ਐਂਡ ਯਾਰ ਤਵੇ ਦਾ ਜਿਹੜਾ ਕੁਲਚੇ ਦਾ ਟੇਸਟ ਹੈ ਨਾ, ਐਂਡ ਐਂਡ ਦੋਸਤੋ ਪਹਿਲਾਂ ਇਹਨੂੰ ਸਮਾਪਤ ਕਰ ਲਈਏ, ਫਿਰ ਲਾਸਟ ਵਿੱਚ ਤੁਹਾਨੂੰ ਰਿਵਿਊ ਦਿੰਦੇ ਹਾਂ ਕਿੱਦਾਂ ਦਾ ਹੈਗਾ। ਅਤੇ ਲਾਸਟ ਵਿੱਚ ਮੈਂ ਗੱਲ ਕਹਿਣਾ ਚਾਹਾਂਗਾ, ਜੋ ਕੁਲਚੇ ਦਾ ਟੇਸਟ ਆ ਜਲੰਧਰ ਵਿੱਚ, ਵੈਸੇ ਤਾਂ ਦੀਨਾਨਾ ਦੇ ਕੁਲਚੇ ਪਤਾ ਨਹੀਂ ਕਿਹੜੇ ਕਿਹੜੇ ਕੁਲਚੇ ਵਾਲੇ ਹੈਗੇ, ਪਰ ਜੋ ਇੱਥੇ ਦੇ ਕੁਲਚੇ ਨਾ ਉਹ ਕੁਛ ਅਲੱਗ ਹੀ ਟੇਸਟ ਹੈਗਾ। ਅਤੇ ਨਾਲ ਇੱਕ ਗੱਲ ਕੀਤੀ ਹੈ, ਜੋ ਇਹਨਾਂ ਦਾ ਬੰਨ ਕੁਲਚਾ ਹੈਗਾ, ਇਹਨੂੰ ਬੇਸਿਕਲੀ ਅਸੀਂ ਕੁਲਚਾ ਤਾਂ ਘੱਟ ਕਹਿ ਸਕਦੇ ਹਾਂ, ਇਹਨੂੰ ਬੰਨ ਕੁਲਚਾ ਦਾ ਨਵਾਂ ਨਾਮ ਦੇ ਸਕਦੇ ਹਾਂ, ਜੋ ਮੈਨੂੰ ਬਹੁਤ ਵਧੀਆ ਲੱਗਾ।
ਲਾਸਟ ਵਿੱਚ ਇੱਕੋ ਗੱਲ ਕਰਨਾ ਚਾਹਾਂਗੇ, ਰੇਟ ਦੇ ਵਾਈਜ਼ ਜੋ ਟੇਸਟ ਹੈਗਾ ਬਹੁਤ ਵਧੀਆ ਹੈਗਾ। ਐਂਡ ਇੱਥੇ ਵੀਡੀਓ ਅਸੀਂ ਐਂਡ ਕਰ, ਐਂਡ ਵੀਡੀਓ ਵਧੀਆ ਲੱਗੀ ਹੋਈ ਲਾਈਕ ਸ਼ੇਅਰ ਕਮੈਂਟ ਕਰ ਦਿਓ, ਚੈਨਲ ਸਬਸਕ੍ਰਾਈਬ ਕਰ ਦਿਓ। ਐਂਡ ਜੇ ਤੁਹਾਨੂੰ ਕੋਈ ਇੱਥੇ ਜੰਮੂ ਵਿੱਚ ਸਪੈਸ਼ਲ ਯੂਨੀਕ ਪਲੇਸ ਪਤਾ ਹੋਵੇ ਤਾਂ ਨੀਚੇ ਕਮੈਂਟ ਕਰਦਾ ਕਰੋ ਯਾਰ, ਹੋਰ ਇੰਨਾ ਕੋਈ ਵੱਡਾ ਕੰਮ ਨਹੀਂ ਹੈਗਾ, ਬਸ ਕਮੈਂਟ ਕਰਨਾ ਇਹ ਜਗ੍ਹਾ ਸਾਨੂੰ ਵਧੀਆ ਲੱਗਦੀ ਹੈ, ਉੱਥੇ ਅਸੀਂ ਆ ਕੇ ਫੂਡ ਰਿਵਿਊ ਕਰਾਂਗੇ, ਤੁਹਾਨੂੰ ਉੱਥੇ ਬਾਰੇ ਬਾਕੀ ਲੋਕਾਂ ਨੂੰ ਦਿਖਾਵਾਂਗੇ, ਤੁਹਾਨੂੰ ਤਾਂ ਬੇਸਿਕਲੀ ਪਤਾ ਹੀ ਹੋਵੇਗੀ। ਅਤੇ ਵੀਡੀਓ ਫਿਰ ਐਂਡ ਕਰਦੇ ਹਾਂ, ਬਾਏ ਬਾਏ, 1 2 3 ਐਂਡ ਬਾਏ।